ਬਾਕੀ ਭੈਣਾਂ ਦਾ ਭਰਾਓ ਅੱਲਾ ਹੈਰ ਕਰਿਆ ਅੱਗੋਂ ਆਉਣੇ ਜੁੰਮੇ ਹਫ਼ਤੇ ਤੁਹਾਰੇ ਵੀ ਬਾਰਿਸ਼ ਤਾਂ ਸੀ ਨੇ ਅਤੇ ਉਹ ਬਾਰਿਸ਼ ਹੋ ਗਈ ਤਾਂ ਇਹ ਗੰਦਮ ਦੀ ਜਿਹੜੀ ਫਸਲ ਹੈ ਨਾ ਉਹ ਤਾਂ ਤਬਾਹ ਹੋ ਜਾਏਗੀ ਸਾਰੀ। ਚਲੋ ਸਾਰੇ ਭਰਾ ਦੁਆ ਕਰੋ ਗੰਦਮ ਦੀਆਂ ਫਸਲਾਂ ਵਗੈਰਾ ਜਿਹੜੀਆਂ ਨਾ ਸੰਭਾਲਣ ਜਾਣ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ, ਕੀ ਹਾਲ ਹੈ ਜੀ ਭੈਣਾਂ ਦਾ ਭਰਾਓ, ਸਾਰੇ ਠੀਕ ਹੋ ਸੋ, ਵੱਲ ਸੋ, ਖੁਸ਼ ਬਾਸ਼ ਸੋ, ਅੱਲਾ ਦੇ ਹਿਫਜ਼ੋ ਇਮਾਨ ਵਿੱਚ ਸੋ। ਤਾਂ ਬਾਕੀ ਭੈਣਾਂ ਦਾ ਭਰਾਓ ਕਾਫੀ ਦਿਨ ਹੋ ਗਏ ਸਾਨੂੰ ਵੀਡੀਓ ਵਗੈਰਾ ਅਪਲੋਡ ਨਹੀਂ ਸੀ ਕੀਤੀ ਕਿਉਂਕਿ ਕੁਝ ਦਿਨ ਬਾਹਰ ਜਿਹਾ ਚੜਿਆ ਗਿਆ, ਤਿੰਨ ਚਾਰ ਦਿਨ, ਅਤੇ ਉਸ ਤੋਂ ਇਲਾਵਾ ਜਨਾਬ ਥੋੜ੍ਹਾ ਜਿਹਾ ਕੰਮਾਂ ਤਾਂ ਵੀ ਨਾਲੇ ਟੁਰ ਗਿਆ ਸਾਂ, ਬਿਜ਼ੀ ਹੋ ਗਿਆ ਸਾਂ। ਇਸ ਟਾਈਮ ਖਲੋਤੇ ਹਾਂ ਜੀ ਆਪਣੇ ਇੱਥੇ ਹਲਬੇ ਗੈਡ ਤਾਂ, ਅਤੇ ਬਾਕੀ ਜਨਾਬ ਤੁਹਾਨੂੰ ਪਤਾ ਇਹਦੇ ਹਰੇ ਸੀਜ਼ਨ ਚੱਲ ਰਿਹਾ ਜੀ ਗੰਦਮ ਨਾ, ਅਤੇ ਮੌਸਮ ਦੀ ਸੂਰਤ ਹਾਲ ਬਹੁਤ ਜ਼ਿਆਦਾ ਖਰਾਬ ਹੈ, ਅਤੇ ਬਾਕੀ ਜਨਾਬ ਤੁਹਾਨੂੰ ਅੱਜ ਸੂਰਤ ਹਾਲ ਦੱਸਣੀ ਇੱਥੇ ਜੀ ਐਡ ਪਰ ਇੱਥੇ ਖਲੋਤੇ ਹਾਂ ਫਿਲਹਾਲ, ਅਤੇ ਇੱਥੇ ਤੁਹਾਨੂੰ ਦੱਸਣੇ ਨਾਲੇ ਥੋੜ੍ਹਾ ਜਿਹਾ ਵਿਜ਼ਿਟ ਕਰਾਉਣੇ ਐਡ ਹੈ ਨਾ, ਅਤੇ ਮੌਸਮ ਦੀ ਸੂਰਤ ਹਾਲ ਤੁਹਾਨੂੰ ਦੱਸਣੇ ਆ ਜੀ। ਕਿ ਜਨਾਬ ਹੈ ਤੱਕ ਲਓ ਜੀ ਬਾਰਿਸ਼ ਮਾਣਾ ਆਈ ਹੈ ਫਿਰ, ਅੱਗੇ ਧੁੱਪ ਲਿਖ ਰਹੀ ਸੀ ਦਿਹਾੜੀ ਪੂਰੀ ਧੁੱਪ ਸੀ ਤਾਂ ਹੁਣ ਹੈ ਤੱਕ ਲਓ ਜੀ ਬਾਦਲ ਸ਼ਾਦਲ ਛਾਣਗੇ, ਅਤੇ ਉਸ ਤੋਂ ਇਲਾਵਾ ਜਨਾਬ ਹੈ ਵਿਊ ਵੇ ਇਸ ਟਾਈਮ ਕਾਫੀ ਹੈ ਸੂਰਤ ਹਾਲ ਹੈ, ਪਾਣੀ ਵੀ ਗੰਦਾ ਹੋਏ ਹੈ ਬਾਕੀ ਹੈ ਤੱਕ ਲਓ ਸੂਰਤ ਹਾਲ ਤੁਹਾਡੇ ਸਾਹਮਣੇ ਮੈਂ, ਅਤੇ ਬਾਰਿਸ਼ਾਂ ਵਗੈਰਾ ਲੈਣੀਆਂ ਰਹੀਆਂ ਜਿਸ ਦੀ ਵਜ੍ਹਾ ਪਾਣੀ ਸ਼ਾਣੀ ਗੰਦਾ ਹੋਇਆ ਇਹਦੇ ਹਰੇ। ਕੀ ਬਣਦਾ ਭਰਾਓ, ਬਾਕੀ ਅਸਾਂ ਨੇ ਇਸ ਏਰੀਏ 'ਚ ਅਜੇ ਗੰਦਮ ਕੋਈ 5-7 ਦਿਨ ਲੈ ਸੀ ਅਜੇ ਸਹੀ ਤਿਆਰ ਨਹੀਂ ਹੋਈ, ਕੁਝ ਬੰਦਿਆਂ ਨਹੀਂ ਤਿਆਰ ਹੋਈ ਆ, ਕੁਝ ਅਸਾਂ ਨਹੀਂ ਜਿਹੜੀ ਫਿਲਹਾਲ ਉਹ ਫਿਲਹਾਲ ਬਿਲਕੁਲ ਤਿਆਰ ਨਹੀਂ ਹੋਈ, 5-7 ਦਿਨ ਲੱਗ ਸਨ। ਅਤੇ ਉਸ ਤੋਂ ਇਲਾਵਾ ਜਨਾਬ ਬਾਰਿਸ਼ ਹੈ ਤੂੰ ਪੈ ਗਈ ਨਹੀਂ ਘੋਰ, ਅਤੇ ਬੜੀ ਖਰਾਬ ਹੋਣੇ ਚਾਂਸ ਹਨ, ਅਤੇ ਉਸ ਤੋਂ ਇਲਾਵਾ ਜਨਾਬ ਅੱਲਾ ਕਰੇ ਕਿ ਸੰਭਾਲਣ ਜਾਣ ਗੰਦਮ ਨੇ ਫਸਲਾਂ। ਅਤੇ ਉਸ ਤੋਂ ਇਲਾਵਾ ਜਨਾਬ ਹੁਣ ਤੁਹਾਨੂੰ ਥੋੜ੍ਹੀ ਜਿਹੀ ਇੱਥੇ ਦੱਸਣੇ ਆ ਜੀ ਗੰਦਮ ਦੀ ਸੂਰਤ ਹਾਲ ਤੁਹਾਡੇ ਨਾਲੋਂ ਨਾਲ ਸ਼ੇਅਰ ਕਰਦਾ, ਅਤੇ ਉਸ ਤੋਂ ਇਲਾਵਾ ਕੀ ਭੈਣਾਂ ਭਰਾਓ ਇਹ ਜਿਹੜੀ ਗੰਦਮ ਹੈ ਬਿਲਕੁਲ ਤਿਆਰ ਹੋਈ ਹੈ, ਬਾਕੀ ਇਹ ਬਾਰਿਸ਼ ਦੀ ਵਜ੍ਹਾ ਤੋਂ ਨੀ ਕੱਟਣ ਹੋਣ ਲੱਗੀ, ਅਤੇ ਇੱਧਰ ਤੱਕ ਸਾਰੇ ਤਕਰੀਬਨ ਤੁਹਾਨੂੰ ਨਜ਼ਰ ਹੀ ਆਉਣ ਲੱਗੀਆਂ ਸਨ ਗੰਦਮ ਦੀ ਫਸਲ ਹੈ ਜਨਾਬ ਸਾਰੀ। ਬਾਕੀ ਭੈਣਾਂ ਦਾ ਭਰਾਓ ਅੱਲਾ ਹੈਰ ਕਰਿਆ ਅੱਗੋਂ ਆਉਣੇ ਜੁੰਮੇ ਹਫ਼ਤੇ ਤੁਹਾਰੇ ਵੀ ਬਾਰਿਸ਼ ਤਾਂ ਸੀ ਨੇ, ਅਤੇ ਉਹ ਬਾਰਿਸ਼ ਹੋ ਗਈ ਤਾਂ ਇਹ ਗੰਦਮ ਦੀ ਜਿਹੜੀ ਫਸਲ ਹੈ ਨਾ ਉਹ ਤਾਂ ਤਬਾਹ ਹੋ ਜਾਏਗੀ ਸਾਰੀ। ਚਲੋ ਸਾਰੇ ਭਰਾ ਦੁਆ ਕਰੋ ਗੰਦਮ ਦੀਆਂ ਫਸਲਾਂ ਵਗੈਰਾ ਜਿਹੜੀਆਂ ਨਾ ਸੰਭਾਲਣ ਜਾਣ। ਬਾਕੀ ਜਨਾਬ ਹੈ ਅਸਾਂ ਦਾ ਜਨਵਾਰ ਫਿਰ ਰਿਹਾ ਜੀ ਇਸ ਟਾਈਮ ਰਾਜੂ, ਇਹ ਰਾਖੀ ਵਾਲਾ ਜਨਵਾਰ ਅਸਾਂ ਪੱਤੇ ਰਹੇ ਆ ਜਿਹੜਾ ਜੇ ਹੋਵੇ ਸਰ। ਕੀ ਭੈਣ ਭਰਾਓ ਪੱਤੇ ਅਸਾਂ ਜਿਹੜੇ ਬਾਜ਼ਾਰੋਂ ਪਿਆਜ਼ ਖਾਣ ਲਿਆ ਕੇ ਪਿਆਜ਼ ਲਾਇਆ ਸੀ ਹੈ ਤੱਕੋ ਜੀ, ਅਤੇ ਜਿਹੜੇ ਐਨ ਪੀ ਕੇ ਨਾ ਇਸ ਨੇ ਵਜੋਂ ਮਿੱਟੀ ਸਾਨੂੰ ਲੈ ਗਈ ਹੈ ਤਾਂ ਅਸਾਂ ਪੱਟ ਲਏ, ਅਤੇ ਬਾਕੀ ਹੈ ਸੂਰਤ ਹਾਲ ਰੱਖ ਲਓ, ਅਤੇ ਇਹ ਅੱਗੇ ਅਸਾਂ ਖੀਰਿਆਂ ਦੀਆਂ ਬੇਲਾਂ ਹੁਣ ਨਵੀਆਂ ਲਾਈਆਂ ਕਰੇਲਿਆਂ ਦੀਆਂ ਅਤੇ ਖੀਰਿਆਂ ਦੀਆਂ ਭਿੰਡੀਆਂ ਵੀ, ਅਤੇ ਉਹ ਜਿਹੜੀ ਪਾਲਕ ਹੈ ਉਹ ਬੜੀ ਬੜੀ ਹੋ ਗਈ ਹੈ ਹੁਣ ਇਸ ਨਾਲ ਬੀਨ ਰੱਖਾਂਗੇ ਕੁਝ, ਇਸ ਸਾਈਡ ਟਾਈਮ ਜਿਹੜੇ ਗੰਢੇ ਇਹਨਾਂ ਆਪਣਾ ਜਿਹੜਾ ਪਰਫੁੱਲ ਜਿਹਾ ਨਹੀਂ ਇਹ ਛੋੜ ਗਏ, ਅਤੇ ਬਾਕੀ ਤੱਕ ਜੀ ਸਾਹਮਣੇ ਰਿਕਰ ਆਏ ਸਨ ਬਾਹਰ ਜਿਸ ਦੀ ਵਜ੍ਹਾ ਤੋਂ ਅਸਾਂ ਕੀ ਪੱਟਣੇ ਪੈ ਗਏ, ਅਤੇ ਉਸ ਤੋਂ ਇਲਾਵਾ ਇਹ ਦੱਸੇ ਨਾ ਜਿਹੜੇ ਇੱਥੋਂ ਅਸਾਂ ਹੋਰ ਪੱਟੇ ਨੇ ਉਹ ਵੀ ਦੱਸਣੇ ਆ ਤੁਹਾਨੂੰ ਹੁਣ। ਕੀ ਭੈਣਾਂ ਭਰਾਓ ਇਹ ਪਏ ਨੇ ਜੀ ਪਿਆਜ਼, ਇਹ ਪਤਾ ਅਸਾਂ ਦੱਸਿਆ ਤੁਹਾਨੂੰ ਕਿ ਬਾਰਿਸ਼ ਨਾ ਪੈਣੀ ਐਂਡ ਜਿਸ ਦੀ ਵਜ੍ਹਾ ਮਿੱਟੀ ਸੈਡ ਹੋ ਗਈ ਹੈ, ਅਤੇ ਜਿਸ ਦੀ ਵਜ੍ਹਾ ਤੋਂ ਉੱਪਰ ਆ ਕੇ ਸਨ ਅਸੀਂ ਮਜਬੂਰੀ ਪੱਟਣੇ ਪੈ ਗਏ ਕਿਉਂਕਿ ਸੁੱਕ ਜਾਣਾ ਇਹ ਤੱਕ ਲਓ ਜੀ। ਭਰਾਓ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਸੀ ਘਰੇ ਨਾ ਜਿਹੜਾ ਪਿਆਜ਼ ਸੀ ਕੁਝ ਅਸਾਂ ਪੱਟ ਲਿਆ ਜਿਹੜਾ ਬਾਰਿਸ਼ ਦੀ ਵਜ੍ਹਾ ਤੋਂ ਉੱਪਰ ਆ ਗਿਆ ਸੀ ਜਿਸ ਨਾਲ ਮਿੱਟੀ ਲੈ ਗਈ ਸੀ। ਉਸ ਤੋਂ ਇਲਾਵਾ ਜਨਾਬ ਅੱਜ ਤੁਹਾਨੂੰ ਦੱਸਣੇ ਆ ਜੀ ਥੋਮ ਵੀ ਜਿਹੜਾ ਪੱਟ ਕਰ ਰਹੇ ਆ ਉਹ ਦੱਸਣੇ ਆ, ਕੁਝ ਬੀਆਂ ਵਾਸਤੇ ਰਹੇ ਆ ਪਹਿਲਾਂ ਚੱਲਦੇ ਬੀਆਂ ਵਾਲਾ ਦੱਸਣੇ ਆ, ਅਤੇ ਉਸ ਤੋਂ ਇਲਾਵਾ ਜਿਹੜਾ ਇਸਤੇਮਾਲ ਕਰਨ ਵਾਸਤੇ ਰਹੇ ਆ ਨਾ ਅੰਦਰ
ਛੱਤੇ ਵਾਲੀ ਸਾਈਡ ਤੇ ਉਹ ਵੀ ਚੱਲ ਕੇ ਦੱਸਾਂਗੇ ਜੀ। ਚੜੇ ਭਰਾਓ ਐ ਤੱਕ ਲੋ ਜੀ ਥੋਮ ਤੇ ਕੁਝ ਇੱਧਰ ਥੱਲੇ ਪਏ ਆ ਤੇ ਕੁਝ ਅਸਾਂ ਟੁੰਡ ਕੇ ਰੱਖ ਦਿੱਤਾ। ਉਸ ਤੋਂ ਇਲਾਵਾ ਜਨਾਬ ਇਹ ਜੀ ਇਹ ਬੂਹ ਹੈ ਰਬੀਆਂ ਵਾਲੀ ਜਿਹੜਾ ਜਿਹੜਾ ਹੈ ਮੋਟਾ ਮੋਟਾ ਵਿੱਚੋਂ ਕੱਢ ਗਿਆ ਮਾਸ਼ਾਅੱਲਾ ਜੀ ਚੈੱਕ ਕਰ ਲਓ ਵੱਲ ਏ। ਤੇ ਉਸ ਤੋਂ ਇਲਾਵਾ ਇਹ ਅਸਾਂ ਟੰਗ ਦਿੱਤਾ ਪਰ ਕਿਉਂਕਿ ਬੀਆਂ ਵਾਲਾ ਜਿਹੜਾ ਥੋਮ ਹੈ ਨਾ ਉੱਪਰ ਟੰਗੀ ਨੇ ਤੇ ਬਾਕੀ ਜਨਾਬ ਇਹ ਵੇ ਜੀ ਭੈਣੇ ਭਰਾਓ ਜਿਹੜਾ ਮੋਟਾ ਮੋਟਾ ਹੈ ਇਹ ਥੋਮ ਹੈ ਜੀ ਸਾਹਮਣੇ। ਉਸ ਤੋਂ ਇਲਾਵਾ ਜਨਾਬ ਇਹ ਵੀ ਰਹੇ ਜੀ ਟੋਕਰੀ 'ਚ ਪਾ ਕੇ ਕੁਛ ਜਨਾਬ ਹੈ ਪਏ ਸਾਹਮਣੇ ਉੱਪਰ। ਤੋ ਭੈਣੇ ਭਰਾਓ ਪਿਆਜ਼ਾਂ ਥੋਮਾਂ ਤੁਹਾਨੂੰ ਦੱਸਿਆ। ਉਸ ਤੋਂ ਇਲਾਵਾ ਜਨਾਬ ਪਿਛਲੇ ਸਾਰੇ ਪੱਤੇ ਅਸਾਂ ਨੇ ਘਰ ਵਿੱਚ ਅੰਬ ਜਿਹੜੇ ਲੱਗੇ ਸਨ ਮਾਸ਼ਾਅੱਲਾ ਅਸਾਂ ਪਕਾਏ ਵੀ ਆ ਸਨ। ਉਸ ਤੋਂ ਇਲਾਵਾ ਜਨਾਬ ਮਾਸ਼ਾਅੱਲਾ ਜੀ ਇਸ ਵਾਰੀ ਉਹਨਾਂ ਨਾਲ ਫਲ ਛਲ ਪੈ ਗਿਆ ਉਹ ਵੀ ਤੁਹਾਨੂੰ ਦੱਸਣੇ ਜੀ। ਇਸ ਸਾਈਡ ਤੇ ਜਨਾਬ ਇਹ ਫਲ ਤੱਕੇ ਪੈ ਗਿਆ ਅੰਬ ਤੇ ਕੁਝ ਤੱਕੇ ਫਲ ਵਿੱਚ ਖਰਾਬ ਹੋ ਕੇ ਕੁਝ ਹਵਾ ਨਾਲ ਟੈ ਪਏ ਆ ਨਿੱਕੇ ਨਿੱਕੇ ਮਾਕੜੀਆਂ ਅੰਬ ਲੱਗਣ ਪਏ ਨੇ ਹੁਣ ਇਹ ਤੱਕ ਲਓ ਜੀ ਸਾਹਮਣੇ। ਤਕਰੀਬਨ ਮਾਸ਼ਾਅੱਲਾ ਜੀ ਸਾਰੇ ਬੂਟੇ ਨਾਲ ਫਲ ਪਏ ਆ ਬਾਕੀ ਹੁਣ ਵਹਾਅ ਤੂਫਾਨਾਂ ਨਾਲ ਢਹਿ ਨਾ ਪਾਉਣ ਉਹ ਬਾਅਦ ਨਾ ਮਸਲਾ ਹੈ। ਮਾਸ਼ਾਅੱਲਾ ਤਕਰੀਬਨ ਫਲ ਪੈ ਗਿਆ। ਭੈਣ ਭਰਾਓ ਜਿਸ ਤਰ੍ਹਾਂ ਕਿ ਛੋਟਾ ਜਿਹਾ ਪਿਆਰਾ ਜਿਹਾ ਵਲੌਗ ਬਣਾਇਆ ਸਾਰੇ ਭੈਣ ਭਰਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ। ਇਨਸ਼ਾਅੱਲਾ ਤੁਹਾਨੂੰ ਇਸ 'ਤੇ ਵਧੀਆ ਵਧੀਆ ਕਿਸਮ ਦੇ ਵਲੌਗ ਮਿਲ ਸਕਣੇ ਤੀ ਤਾਂ ਠੀਕ ਹੈ ਫਿਰ।